ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਅੱਜ ਅਸੀਂ ਪਹੁੰਚੇ ਸੀਗੇ ਕਿਸਾਨ ਧਰਨੇ 'ਚ ਟਿੱਕਰੀ। ਸੋ ਬੜੀ ਚੜ੍ਹਦੀ ਕਲਾ 'ਚ ਆ ਸਾਰੇ ਇੱਥੇ ਜੋ ਵੀ ਮੈਂ, ਕਿਉਂਕਿ ਮੈਨੂੰ ਵਾਰ ਵਾਰ ਬੜੀ ਜਗ੍ਹਾ ਤੋਂ ਮੈਸੇਜਿਸ ਇੱਦਾਂ ਦੇ ਸਾਡੇ ਫੈਨ ਪੇਜਿਸ 'ਤੇ ਆਉਂਦੇ ਰਹਿੰਦੇ ਆ ਕਿ ਜੀ ਕੀ ਹਾਲ ਚਾਲ ਆ ਧਰਨੇ ਦਾ। ਸੋ ਮੈਂ ਕਿਹਾ ਚਲੋ ਤੁਹਾਨੂੰ ਅਪਡੇਟ ਦੇ ਦਈਏ। ਸੋ ਪਰ ਮੇਰੀ ਗੁਜ਼ਾਰਿਸ਼ ਆ ਹੁਣ, ਕਿਉਂਕਿ ਹੁਣ ਬਹੁਤ ਜ਼ਿਆਦਾ ਲੋੜ ਆ ਧਰਨੇ ਨੂੰ ਤੁਹਾਡੀ, ਹੁਣ ਮੇਰਾ ਖਿਆਲ ਹਾੜੀ ਦਾ ਸੀਜ਼ਨ ਵੀ ਖਤਮ ਹੋ ਚੱਲਿਆ, ਔਰ ਮੈਂ ਸਾਰੇ ਆਪਣੇ ਨੌਜਵਾਨ ਸਾਡੇ ਮੁੰਡਿਆਂ ਨੂੰ ਔਰ ਬਜ਼ੁਰਗਾਂ ਨੂੰ, ਮਾਵਾਂ ਨੂੰ, ਸਾਰਿਆਂ ਨੂੰ ਕਹਿਣਾ ਕਿ ਹੁਣ ਜ਼ਰੂਰ ਤੁਸੀਂ ਇੱਕ ਵਾਰੀ ਚੱਕਰ ਮਾਰ ਕੇ ਜਾਓ ਧਰਨੇ 'ਚ, ਔਰ ਕਿਸਾਨੀ ਝੰਡੇ ਜ਼ਰੂਰ ਆਪਣੀਆਂ ਗੱਡੀਆਂ 'ਤੇ, ਆਪਣੇ ਟਰੈਕਟਰਾਂ 'ਤੇ ਲਾਓ, ਕਿਉਂਕਿ ਹੁਣ ਲੜਾਈ ਆ ਜਿਹੜੀ ਉਹ ਸਿੱਧੀ ਹੋ ਚੁੱਕੀ ਆ, ਹੈ ਨਾ। ਔਰ ਕਦੇ ਜਿਹੜਾ ਥੋੜ੍ਹਾ ਪਿੱਛੇ ਜੇ ਇੱਥੇ ਜਿਹੜੀ ਉਹ ਗੱਲ ਵੀ ਚੱਲੀ ਸੀ ਵੀ ਜੀ 21 ਤੋਂ ਬਾਅਦ 'ਚ, ਹੈ ਨਾ, ਕਲੀਨ ਕਰਾਇਆ ਜਾਣਾ, ਹੈ ਨਾ, ਓਪਰੇਸ਼ਨ ਕਲੀਨ ਚਲਾਵਾਂਗੇ, ਇੱਦਾਂ ਦੀਆਂ ਖਬਰਾਂ ਵੀ ਆਈਆਂ ਸੀ। ਉਹ ਤੋਂ ਬਾਅਦ 'ਚ ਵੱਧ ਚੜ੍ਹ ਕੇ ਇੱਥੇ ਸਾਡੇ ਮੁੰਡੇ ਔਰ ਬਜ਼ੁਰਗ ਸਾਰੇ ਪਹੁੰਚੇ ਆ। ਸੋ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਵਾਰੀ ਫੇਰ ਲੋੜ ਆ, ਇੱਕ ਵਾਰੀ ਵੱਡਾ ਹੱਲਾ ਆਪਾਂ ਮਾਰੀਏ, ਔਰ ਇਹ ਯਾਦ ਰੱਖਣਾ ਕਿ ਆਪਣੀਆਂ ਗੱਡੀਆਂ 'ਤੇ, ਟਰੈਕਟਰਾਂ 'ਤੇ, ਘਰਾਂ ਦੇ ਉੱਤੇ ਕਿਸਾਨੀ ਝੰਡੇ ਜ਼ਰੂਰ ਆਪਣੇ ਲਾਉਣੇ ਆ। ਬਾਕੀ ਚੜ੍ਹਦੀ ਕਲਾ, ਕਿਸਾਨ ਮਜ਼ਦੂਰ ਏਕਤਾ, ਜ਼ਿੰਦਾਬਾਦ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਅੱਜ ਅਸੀਂ ਪਹੁੰਚੇ ਸੀਗੇ ਕਿਸਾਨ ਧਰਨੇ 'ਚ ਟਿੱਕਰੀ। ਸੋ ਬੜੀ ਚੜ੍ਹਦੀ ਕਲਾ 'ਚ ਆ ਸਾਰੇ ਇੱਥੇ ਜੋ ਵੀ ਮੈਂ, ਕਿਉਂਕਿ ਮੈਨੂੰ ਵਾਰ ਵਾਰ ਬੜੀ ਜਗ੍ਹਾ ਤੋਂ ਮੈਸੇਜਿਸ ਇੱਦਾਂ ਦੇ ਸਾਡੇ ਫੈਨ ਪੇਜਿਸ 'ਤੇ ਆਉਂਦੇ ਰਹਿੰਦੇ ਆ ਕਿ ਜੀ ਕੀ ਹਾਲ ਚਾਲ ਆ ਧਰਨੇ ਦਾ। ਸੋ ਮੈਂ ਕਿਹਾ ਚਲੋ ਤੁਹਾਨੂੰ ਅਪਡੇਟ ਦੇ ਦਈਏ। ਸੋ ਪਰ ਮੇਰੀ ਗੁਜ਼ਾਰਿਸ਼ ਆ ਹੁਣ, ਕਿਉਂਕਿ ਹੁਣ ਬਹੁਤ ਜ਼ਿਆਦਾ ਲੋੜ ਆ ਧਰਨੇ ਨੂੰ ਤੁਹਾਡੀ, ਹੁਣ ਮੇਰਾ ਖਿਆਲ ਹਾੜੀ ਦਾ ਸੀਜ਼ਨ ਵੀ ਖਤਮ ਹੋ ਚੱਲਿਆ, ਔਰ ਮੈਂ ਸਾਰੇ ਆਪਣੇ ਨੌਜਵਾਨ ਸਾਡੇ ਮੁੰਡਿਆਂ ਨੂੰ ਔਰ ਬਜ਼ੁਰਗਾਂ ਨੂੰ, ਮਾਵਾਂ ਨੂੰ, ਸਾਰਿਆਂ ਨੂੰ ਕਹਿਣਾ ਕਿ ਹੁਣ ਜ਼ਰੂਰ ਤੁਸੀਂ ਇੱਕ ਵਾਰੀ ਚੱਕਰ ਮਾਰ ਕੇ ਜਾਓ ਧਰਨੇ 'ਚ, ਔਰ ਕਿਸਾਨੀ ਝੰਡੇ ਜ਼ਰੂਰ ਆਪਣੀਆਂ ਗੱਡੀਆਂ 'ਤੇ, ਆਪਣੇ ਟਰੈਕਟਰਾਂ 'ਤੇ ਲਾਓ, ਕਿਉਂਕਿ ਹੁਣ ਲੜਾਈ ਆ ਜਿਹੜੀ ਉਹ ਸਿੱਧੀ ਹੋ ਚੁੱਕੀ ਆ, ਹੈ ਨਾ। ਔਰ ਕਦੇ ਜਿਹੜਾ ਥੋੜ੍ਹਾ ਪਿੱਛੇ ਜੇ ਇੱਥੇ ਜਿਹੜੀ ਉਹ ਗੱਲ ਵੀ ਚੱਲੀ ਸੀ ਵੀ ਜੀ 21 ਤੋਂ ਬਾਅਦ 'ਚ, ਹੈ ਨਾ, ਕਲੀਨ ਕਰਾਇਆ ਜਾਣਾ, ਹੈ ਨਾ, ਓਪਰੇਸ਼ਨ ਕਲੀਨ ਚਲਾਵਾਂਗੇ, ਇੱਦਾਂ ਦੀਆਂ ਖਬਰਾਂ ਵੀ ਆਈਆਂ ਸੀ। ਉਹ ਤੋਂ ਬਾਅਦ 'ਚ ਵੱਧ ਚੜ੍ਹ ਕੇ ਇੱਥੇ ਸਾਡੇ ਮੁੰਡੇ ਔਰ ਬਜ਼ੁਰਗ ਸਾਰੇ ਪਹੁੰਚੇ ਆ। ਸੋ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਵਾਰੀ ਫੇਰ ਲੋੜ ਆ, ਇੱਕ ਵਾਰੀ ਵੱਡਾ ਹੱਲਾ ਆਪਾਂ ਮਾਰੀਏ, ਔਰ ਇਹ ਯਾਦ ਰੱਖਣਾ ਕਿ ਆਪਣੀਆਂ ਗੱਡੀਆਂ 'ਤੇ, ਟਰੈਕਟਰਾਂ 'ਤੇ, ਘਰਾਂ ਦੇ ਉੱਤੇ ਕਿਸਾਨੀ ਝੰਡੇ ਜ਼ਰੂਰ ਆਪਣੇ ਲਾਉਣੇ ਆ। ਬਾਕੀ ਚੜ੍ਹਦੀ ਕਲਾ, ਕਿਸਾਨ ਮਜ਼ਦੂਰ ਏਕਤਾ, ਜ਼ਿੰਦਾਬਾਦ।